आदम मिट्टी के सुलाले मा ठाया है। چے سجے تے مٹھے جو سارا وہ جو سلالو مٹی جو نچوڑ اللہ کڈھو او بھی تو مٹی میں ہی ہویو بنیاد تے مٹی رہی نا وہ اللہ سائیں انہاں مٹی ماں اضافی عناصر چھن دے چھن دے جو کو مٹی تو جوہر کڈھو تو جوہر مٹھے ہاں 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 انی خالق البشر من سلالۃ من طین اسا آدم کے ٹھایو سے مٹی کے سلالے جوہر آدم جو اللہ جن جوہر ہتو پٹھو شیش شیش جو جوہر ہتے خلق کے نو یہ حلم تو لے جوہر مقامات بھی حلم اتا ہے ਇਹ ਮਿਸਾਲ ਦੇ ਦੋਨਾਂ ਚੇਕੇ ਜਿਵੇਂ ਆ ਬਾਦੇ ਸੌ ਕੋ ਨਹੀਂ ਖਾਏ ਇਹ ਫਰਕ ਨਹੀਂ ਤਾਂ ਮੌਲਵੀ ਸਾਹਿਬ ਕਰੇ ਤੇ ਆ ਸਫਾਈ ਪਈ ਹਲੇ ਜੋਹਰ ਕੋ ਨਿਕਲੇ ਜੇ ਫਰਕ ਹੀ ਤਾਂ ਕਹਿਆ ਨਾ ਨੂ ਹਮੇ ਤੇ ਤਰਕੇ ਆਉਲਾ ਜਾਏ ਜੋ ਮੂਸਾ ਵੀ ਤੇ ਤਰਕੇ ਆਉਲਾ ਹੋਇਆ ਇਹਨਾਂ ਦਾ ਇਹ ਰਕਮ ਥੈਨ ਕਾ ਜੇ ਕਹਿਣਾ ਕਿ ਸ਼ਾਨ ਦੇ ਮੁਤਾਬਕ ਨਾ ਹੋਇਆ ਯੂਸਫ ਬਿਨ ਸਾਲਾ ਦਾ 7 ਸਾਲ ਕੈਦ ਵਿੱਚ ਦੀ ਹੋਇਆ ਸੀ ਜੋ ਜੇ ਇਹਨਾਂ ਨੇ ਆਇਸ ਤਾਂ ਬਣਿਆ ਨੇ ਫਿਰਾਂ ਨੇ ਮਿਸਰ ਦੇ ਚੌਥੇ ਨੂੰ ਬੇਗੁਨਾਹ ਕਹਿ ਦਿਆ ਅਲਾ ਜਸ ਨੇ ਤਸਵਰ ਮੈਂ ਆਇਸ ਤਾਂ ਫਿਰਾਂ ਨੇ ਨਿਆ ਕੋ ਬੋਲਿਆ ਨਾ ਕੋਈ